Bismillah ar-Rahman ar-Rahim. Assalamu alaikum. Ji, mujhe saare bhaiyon par theek ho so Allah ne zo maan ke so. Ji, jo le doctor ko aaj surgery ki appointment banayi si koi thoda chest pain si jada koi zukam khansi jakhni jakhni ta piti ya sara kuch kita par aaram nahi aaya main chalo ye doctor ni appointment banane hai. Doctor ni appointment banayi hai un appointment ditti 11:40 par julle gaddi ch behne ha julle surgery ch takde ha doctor kya ਸਰਜਰੀ ਜੀ ਅਸਾਂ ਪਹੁੰਚੇ ਆਏ ਹਾਂ ਗੱਡੀ ਖਲਾਈ ਹੋੜੀ ਹੈ ਜੁੱਲੇ ਹਾਂ ਅੰਦਰ ਹਵਾ ਕਾਫੀ ਤੇਜ਼ ਹੈ ਇਹ ਧੁੱਪ ਤਾਂ ਚੜੀ ਵੀ ਕੱਲ੍ਹ ਹਵਾ ਵੀ ਪਊ ਆ ਤਕੜੇ ਡਾਕਟਰ ਕਿਆ ਆਖਣਾ ਹੈ ਕੁਝ ਦੇਣਾ ਹੈ ਜਾਂ ਨਹੀਂ ਦੇਣਾ ਡਾਕਟਰ ਕੋਲੋਂ ਇਹਦਾ ਆਈ ਗਿਆ ਮੁੜੀ ਦਾ ਵਾਪਸ ਬਾਹਰ ਤਾਂ ਡਾਕਟਰ ਨੇ ਆਖਿਆ ਵੀ ਚੈਸਟ ਇਨਫੈਕਸ਼ਨ ਚੈਸਟ ਇਨਫੈਕਸ਼ਨ ਹੋਈ ਵੀ ਹੈ ਉਹ ਕੋਈ ਮਕਸਲਿਨ ਦਿੱਤੀਆਂ ਨੇ ਉੱਥੋਂ ਕੈਮਿਸਟ ਨੂੰ ਪਿਕਅਪ ਕਰੀ ਨੇ ਤਕੜੇ ਹਾਂ ਜੁੱਲੇ ਹਾਂ ਪਿਕਅਪ ਅੱਜ ਤਾਂ ਰੈਡੀ ਨਹੀਂ ਹੋਣ ਲੱਗੀਆਂ ਮਾਸੇ ਉਹਨਾਂ ਕੋਲ ਪਰਚੀ ਨਾ ਪੁੱਛੀ ਹੋ ਸੀ ਅਜੇ ਜਿਲ੍ਹੇ ਵੀ ਜਾਓ ਘੰਟਾ ਤਾਂ ਉਹ ਵੇਟ ਕਰਾਉਣੇ ਕੈਮਿਸਟ ਵਾਲੇ ਹੁਣ ਜੁੱਲੇ ਹਾਂ ਘਰ ਪਹਿਲੇ ਕੋਈ ਚਾਹ ਪਾਣੀ ਪੀਣੇ ਆ ਫਿਰ ਤਕੜੇ ਹਾਂ ਨੈਕਸਟ ਕਿਆ ਐਂਟੀਬਾਇਓਟਿਕ ਸ਼ਾਮੀ ਚਾਹੀਦੇ ਸਰ ਹੁਣ ਲੇਟਰ ਆਉਣ ਦੋ ਘੰਟਿਆਂ ਬਾਅਦ ਜੁੱਲੀ ਕੇ ਚਾਹ ਸ਼ਾਹ ਪੀਣੇ ਆ ਫਿਰ ਤੁਸੀਂ ਦੱਸਣੇ ਆ ਅਗਲਾ ਕੰਮ ਕਿਹੜਾ ਕਰਨਾ ਆ ਜੀ ਅਗਰ ਘਰ ਤਾਂ ਆ ਗਏ ਆ ਚਾਹ ਪਾਣੀ ਵੀ ਪੀ ਕਿੱਦਾਂ ਉਹ ਲਾਈ ਕਹਿੰਦੀ ਆ ਟੋਪੀ ਕੋਟ ਘੁੱਟੀ ਕਹਿੰਦਾ ਆ ਹੁਣ ਭਾਈ ਹੋਰ ਆਏ ਨੇ ਕੰਪਨੀ ਵਾਲੇ ਬੋਇਲਰ ਠੀਕ ਕਰਨਾ ਇਸ ਨੇ ਕੋਈ ਪਾਈਪ ਐਕਸਟੈਂਡ ਕਰਨੇ ਉਹ ਤੁਸੀਂ ਦੱਸਣੇ ਆ ਅਤੇ ਨਾਲ ਬਾਹਰ ਗਾਰਡਨ ਸਾਫ਼ ਸਫਾਈ ਜਿਹੜੀ ਮੈਂ ਆਉਣਾ ਸਾ ਕਰਨੀ ਹੈ ਥੋੜ੍ਹੀ ਜਿਹੀ ਦਰਖਤ ਛਾਂਗਲਾ ਉਸਕੇ ਵੀ ਛਾਂਗਣੇ ਆ ਕੈਸਰ ਕਿਤੇ ਮੈਂ ਲਾਇਆ ਮੈਂ ਜੁਲ ਮੈਂ ਛਣਾਇਆ ਮੈਂ ਦੇਖੋ ਜੀ ਹੈ ਗੰਦ ਸਾਰਾ ਕਲੀਅਰ ਕਰਨਾ ਉਹ ਬੂਟੀ ਤੱਕ ਉਹ ਕਿਤੇ ਨਹੀਂ ਮੋਲੀ ਵੀ ਉਹ ਆ ਰਹੀ ਨਾ ਕੱਪੜੋ ਸੀ ਠੀਕ ਆ ਰਹੀ ਮੈਂ ਆਉਂਦਾ ਆ ਸਾਰੀ ਲਾਉਂਦੇ ਹਾਂ ਸਾਰਾ ਕੱਪੜਿਆਂ ਦਾ ਰਾਹ ਕਲੀਅਰ ਕਰਨੇ ਆ ਮੁੜੇ ਇਸ ਵਾਰ ਸਕਾਫ ਹੋਲਡਿੰਗ ਲਾਉਣੇ ਵਾਸਤੇ ਦੋਨਾਂ ਵਾਸਤੇ ਰਾਹ ਹੀ ਕੋਈ ਨਹੀਂ ਇਹ ਕੈਸਰੇ ਆ ਰਹੀ ਬਸ ਕੈਸਰੀ ਮੈਂ ਆ ਰਹੀ ਲੋੜੀ ਦਿੱਤੀ ਹੈ ਮੈਂ ਭਰਾ ਮਾੜਾ ਮਾੜੀ ਤਾਂ ਸਿਹਤ ਨਹੀਂ ਆ ਠੀਕ ਕੋਈ ਕਰੀ ਤਾਂ ਥੋੜ੍ਹਾ ਬਹੁਤਾ ਸਿੱਧਾ ਨਹੀਂ ਤਾਂ ਮੈਂ ਆਪੂ ਕਰੀ ਨਾ ਕੋਈ ਜਿਹੜੀਆਂ ਆ ਰਹੀ ਨਾ ਕਾਪਣੀਆਂ ਬੇਸਣ ਨਿੱਕੀਆਂ ਨਿੱਕੀਆਂ ਤਾਂ ਕੈਚੇ ਨਾਲ ਕਾਪਣੀਆਂ ਆਸਣ ਇਹਨੇ ਫਿਲਹਾਲ ਇੱਧਰ ਸੱਟ ਰਹੇ ਹਾਂ ਤਾਂ ਬਾਅਦ 'ਚ ਚਾਹੀਦੇ ਨਾ ਕਚਰੇ 'ਚ ਬਾਈ ਹੋਲਸ ਆ ਰਹੀ ਜਿਹੜਾ ਕੋਈ ਇਲੈਕਟ੍ਰਿਕ ਵਾਲੀ ਕੋਲ ਹੋਈ ਮਸ਼ੀਨ ਕਿਸਾ ਕੋਲ ਕੋਕੇ ਤਾਂ ਨਹੀਂ ਫੈਲੀ ਪੂਰੀ ਗਲੀ ਨਾਲ ਰਾਹ ਬੰਦ ਕੀਤੇ ਆ ਹਵਾ ਵੀ ਕਾਫੀ ਹੈ ਬਹੁਤ ਗੰਦ ਪਏ ਆ ਓਏ ਮਾਜ ਨਾਲ ਭਾਈ ਹੋਰ ਆਈ ਗਏ ਬੋਇਲਰ ਨਾਲ ਪਾਈਪ ਸਕਰੂ ਸਕਰੂ ਖੋਲਣ ਲੱਗੇ ਨਾ ਫਿਰ ਥੋੜ੍ਹਾ ਉਸਦੀ ਐਕਸਟੈਂਸ਼ਨ ਕਰਨ ਵਾਲੇ ਮਾਰੂ ਜਿਹੜਾ ਓਵਰਫਲੋ ਵਾਲਾ ਪਾਈਪ ਹੈ ਉਸਕੀ ਵੀ ਐਕਸਟੈਂਸ਼ਨ ਕਰਨ ਇਹਨਾਂ ਦੀ ਕੰਪਨੀ ਨੇ ਨਾ ਤੁਸੀਂ ਬਾਅਦ ਹੀ ਦੱਸਣੇ ਆ ਨੰਬਰ ਸ਼ੰਬਰ ਕੰਮ ਸ਼ੰਮ ਮੁੜੇ ਠੀਕ ਕਰਨੇ ਉਹ ਤੁਸਾਂ ਕੀ ਬਾਅਦ ਹੀ ਨੰਬਰ ਇਹਨਾਂ ਨਾ ਦੱਸਿਆ ਜਿਲ੍ਹਾ ਕੰਮ ਮੁਕਾਈ ਰਹੇ ਸਨ ਉਸਲੇ ਮੈਂ ਤਾਂ ਕੁਛ ਜੇ ਹੁਣ ਦਰਖਤ ਅਸਾਂ ਕੱਟੀ ਜੋੜਿਆ ਰਾਹ ਬਣਾਈ ਜੋੜਿਆ ਰਾਹ ਬਣੀ ਗਿਆ ਇਹ ਫਿਰ ਮੁੜੀ ਦਾ ਅੱਗੇ ਵਧੀ ਗਿਆ ਸੀ ਪਰ ਜਿਹੜਾ ਫਿਰ ਵਧਿਆ ਫਿਰ ਕੱਟਣਾ ਪਏ ਸੀ ਫਿਲਹਾਲ ਅਸਾਂ ਬਣਾਉਣਾ ਸੀ ਰਾਹ ਬਣਾਈ ਜੋੜਿਆ ਤਾਂ ਹੁਣ ਰਹੀ ਗਈ ਸਾਫ਼ ਸਫਾਈ ਕਰਨੀ ਇਹ ਕਰਨੇ ਆ ਥੋੜ੍ਹੀ ਬਹੁਤੀ ਸਾਹ ਹੀ ਠੱਪਰ ਹੋਈ ਜਾਣਾ ਪਰ ਚਲੋ ਕੋਈ ਨਾ ਕੋਈ ਕਰਨਾ ਹੀ ਪਏ ਸੀ ਮੈਂ ਤਾਂ ਕੋਈ ਭਾਈ ਉਹਨੂੰ ਪਾਈਪ ਤਾਂ ਕੱਢੀ ਮਾਰਿਆ
ਹੁਣ ਲਾਸਨ ਇੱਥੇ ਨਵਾਂ ਪਾਈਪ ਥੋੜ੍ਹਾ ਜਿਹਾ ਲੰਮਾ ਕਰੀ ਦਾ ਇਹ ਫਲੋਰ ਐਵਰ ਪਏ ਆ ਇਹ ਕੱਢਿਆ ਨੇ ਲਾਈਏ ਪਾਈਪ ਅੰਦਰਲੀ ਸਾਈਡ ਆ ਦੇਖੇ ਹੁਣ ਗਿਣ ਪਾਈਪ ਚਾਉਣੇ ਬਸ ਗੱਡੀ ਰੱਖੇ ਨੇ ਗੱਡੀ ਥੋੜ੍ਹੀ ਜਿਹੀ ਸਟੇਟਾਂ 'ਚ ਘਲਾਈ ਵੀ ਨੇ ਤਾਂ ਪਾਈਪ ਚਾਹੀਦਾ ਅੱਛਣੇ ਤਾਂ ਉਹ ਲਾ ਸਕਦਾ ਫਿਰ ਮੁੜੀ ਤਾਂ ਲਾਸਣ ਓਵਰਫਲੋ ਵਾਲਾ ਇਹ ਲਾਈ ਜਾਣਾ ਫਿਰ ਓਵਰਫਲੋ ਪਾਏ ਉਹ ਵੀ ਚੇਂਜ ਕਰ ਸਕ ਇਹ ਪਾਈਪ ਆ ਇਹ ਓਵਰਫਲੋ ਵਾਲਾ ਪਾਈਪ ਹੈ ਜਿਹੜਾ ਅੱਛਣਾ ਆਇਆ ਬਾਹਰ ਇਸ ਕੀ ਵੀ ਚੇਂਜ ਕਰ ਸਕ ਬਾਹਰ ਗੱਲੀ ਨਾ ਕੰਮ ਵੀ ਤੁਸੀਂ ਦੱਸਿਆ ਦਰਖਤ ਛੋੜਿਆ ਕੱਟੀ ਜਿੱਥੇ ਤੱਕ ਸਾਡੇ ਕੋਲ ਕੱਟਣਾ ਆਉਣਾ ਸੀ ਜਿਸ ਤਰ੍ਹਾਂ ਆਉਣਾ ਸੀ ਉਤਨਾ ਅਸਾਂ ਕਰੀ ਛੋੜਿਆ ਸਕਾਫ ਹੋਲਡਿੰਗ ਵਾਲੇ ਇਸ ਦਿਨ ਕੱਲ੍ਹ ਇਸ ਨੇ ਜਾਂ ਪਰਸੋਂ ਇਸ ਨੇ ਸਕਾਫ ਹੋਲਡਿੰਗ ਲਾਉਣੇ ਵਾਸਤੇ ਉਹਨਾਂ ਵਾਸਤੇ ਰਾਹ ਕਲੀਅਰ ਕੀਤਾ ਅਤੇ ਕੈਸਰ ਸਾਹਿਬ ਵਾਲੇ ਰਾਹ ਕਲੀਅਰ ਹੋ ਗਿਆ ਨਾ ਤਾਂ ਬਾਕੀ ਨਾ ਹੋਰ ਰਹਿੰਦੇ ਹੋ ਮਾੜੇ ਕੋਲੋਂ ਆਪੋ ਹੋਣਾ ਕੋਈ ਸੀ ਜਿਸ ਤਰ੍ਹਾਂ ਕਿ ਤੁਸੀਂ ਸੁਭਾਅ ਵੀ ਦੱਸਿਆ ਸੀ ਕੋਈ ਚੈਸਟ ਇਨਫੈਕਸ਼ਨ ਹੋਈ ਵੀ ਹੈ ਮੈਂ ਕਰੀ ਨਾ ਸਕਣਾ ਅਦਰਵਾਈਜ਼ ਮੈਂ ਪੂਰੀ ਗੱਲੀ ਸਹੀ ਸਾਫ਼ ਕਰੀ ਤਾਂ ਰੱਖੀ ਜੋੜਾਂਗਾ ਚਲੋ ਜਿਤਨਾ ਵੀ ਕਰੀ ਛੋੜਿਆ ਕੈਸਰ ਸਾਹਿਬ ਨਾਲ ਥੈਂਕ ਯੂ ਵੈਰੀ ਮੱਚ ਰੋਠਾ ਵੀ ਕਰੀ ਛੋੜਿਆ ਮਾੜੇ ਵਾਸਤੇ ਇਹ ਵੀ ਬਹੁ ਹੈ ਅਤੇ ਹੁਣ ਪੰਜ ਮੱਛ ਸਾਹ ਘੋੜੀ ਤੱਕਣੇ ਆ ਇਹਨਾਂ ਨੇ ਤੁਸੀਂ ਦੱਸਣੇ ਆ ਵੀ ਪਾਈਪ ਸ਼ਾਪ ਕਿਸ ਤਰ੍ਹਾਂ ਨਾਲ ਲਾ ਲੈਣਾ ਇਹ ਤਾਂ ਕੋਈ ਨਵਾਂ ਪਾਇਆ ਪਾਈ ਗਿਆ ਬਾਹਰ ਮੌਸਮ ਵੀ ਤੱਕੋ ਦੱਸੋ ਬਾਦਸ਼ਾਹ ਨੂੰ ਮੌਸਮ ਬੜੇ ਆ ਝਾੜ ਤੱਕ ਇਹ ਕਿਸੇ ਨੇ ਕੱਲ੍ਹ ਇੱਛਿਆ ਰਾਤਾਂ ਨਹੀਂ ਬਾਰਿਸ਼ ਲੱਗੀ ਹੋਈ ਰਾਤੀ ਵੀ ਕਾਫੀ ਬਾਰਿਸ਼ ਹੋਈ ਕੋਈ ਮਾਜਰ ਅੰਦਰੋਂ ਤਾਂ ਬੋਇਲਰ ਨਾਲ ਕੰਮ ਹੋ ਗਿਆ ਕੰਪਲੀਟ ਹੁਣ ਇਹ ਗਿਆ ਬਾਹਰ ਸੀਮਟ ਭਰਨੇ ਜੋ ਕੋਈ ਉਸ ਜਗ੍ਹਾ ਤੋਂ ਮੋੜ ਹੈ ਤਾਂ ਉਹ ਸੀਮਟ ਭਰਨਗੇ ਉਹ ਜਿਹੜਾ ਸੁਰਾਗ ਹੈ ਉਸੇ ਬਲਾਕ ਕਰ
ਦੇਖੋ ਜੀ ਮੁੜੇ ਕੈਸੇ ਸੋਹਣੇ ਤਰੀਕੇ ਨਾਲ ਸਿਮਟ ਸਿਮਟ ਭਰਿਆ ਲਾਰਡ ਅਪਰ ਵਿਲਾਜ ਵੀ ਸੀਲ ਵਿਲਾਜ ਸਹੀ ਸਮੂਥ ਕਰਕੇ ਰੱਖ ਹੋਇਆ ਇਹ ਤਾਂ ਹੋ ਗਿਆ ਹੁਣ ਕੰਪਲੀਟ ਇਸ ਤਰ੍ਹਾਂ ਕੰਮ ਹੋ ਗਿਆ ਇਹ ਇਸ ਵਾਸਤੇ ਇਸ ਤਰ੍ਹਾਂ ਲੰਮਾ ਰੱਖਿਆ ਨਹੀਂ ਤਾਂ ਲਾਉਣੀ ਹੈ ਸਪੰਜ ਫੋਮ ਜੀ ਲਾਉਣੀ ਹੈ ਬਾਹਰ ਇੱਟਾਂ ਕੀ ਸਾਰਾ ਪੂਰੇ ਘਰ ਹੈਗੀ ਰੱਖਿਆ ਅਸੀਂ ਕਈਆਂ ਕਰਾਂਗੇ ਤੁਸਾਂ ਬਾਹਰ ਫੋਮ ਜੀ ਲਾਉਣੇ ਆ ਉਹ ਲਵਾਉਣੀ ਹੈ ਇਸ ਵਾਸਤੇ ਇਸ ਤਰ੍ਹਾਂ ਲੰਮਾ ਪਾਇਪ ਕਰਾਇਆ ਮੁੜੀ ਹੁਣ ਇਹ ਪਾਇਪ ਜਿਹੜਾ ਮੈਂ ਤੁਸੀਂ ਦੱਸਿਆ ਸੀ ਚੇਂਜ ਕਰਨਾ ਇਹ ਅਜੇ ਪਾਇਪ ਆਉਣਾ ਹੈ ਕੋਈ ਕੋਲ ਇਹ ਪਾਇਪ ਆਉਣ ਸਾਂ ਅਤੇ ਫਿਰ ਲਾ ਸਾਂ ਕੁਛ ਵੀਕਐਂਡ ਆਉਣੀ ਤਾਂ ਲਾਈ ਜਾ ਸਾਂ ਬਾਈ ਅਤੇ ਫਿਰ ਜਿਹੜਾ ਲਾਇਆ ਸੀ ਉਹ ਵੀ ਤੁਸੀਂ ਨਾਲ ਸ਼ੇਅਰ ਕਰ ਸਕਾਂ ਜੀ ਦੇਖੋ ਜੀ ਗੱਡੀ 'ਚ ਬੈਠੇ ਹੋ ਅਤੇ ਬੱਸ ਉਰੇ ਨਿਕਲੇ ਲੱਗੇ ਬੋਇਲਰ ਵਾਲੇ ਨਾਲ ਕੰਮ ਮੁੱਕਿਆ ਉਸ ਜਣੇ ਕੀ ਭੇਸਿਆ ਗਿਆ ਘਰ ਅਤੇ ਪਾਈ ਗਏ ਆ ਬੱਸ ਉਰੇ 'ਚ ਆਉਣੇ ਵਾਸਤੇ ਕੰਮ ਬੱਸ ਉਰੇ 'ਚ ਆਉਣੇ ਆ ਘਰ ਲਾਉਣੇ ਫਿਰ ਜਾਣ ਸਾਂ ਕੈਮਸ ਕੈਮਸ ਫਿਰ ਸਵੇਰੇ ਜਿਹੜਾ ਡਾਕਟਰ ਕੋਲ ਗਿਆ ਸੀ ਉਸ ਮਾਕਸਲੇਨ ਲਿਖੀ ਦਿੱਤੀ ਗਿਆ ਸੀ ਮਾਕਸਲੇਨ ਕਿੰਨੇ ਆ ਉੱਥੋਂ ਕੈਮਸ ਫਿਰ ਫਿਰ ਬੱਸ ਉਰੇ ਘਰ ਲਾਉਣੇ ਆ ਫਿਰ ਇੱਕ ਰਾਣੀ ਟਾਈਮ ਹੋ ਗਿਆ ਸੀ ਮੁਹੰਮਦ ਜ਼ਿਆਨ ਮੁਹੰਮਦ ਜ਼ਿਆਨ ਕੀ ਚਾਸਾ ਮਸਜਿਦ 'ਚੋਂ ਉਸੀ ਲਾ ਸਾਂ ਘਰ ਉਸ ਤੋਂ ਬਾਅਦ ਫਿਰ ਤੱਕੜੇ ਆ ਕਿਆ ਆਇਆ ਜੀ ਆਪਾਂ ਸੰਜੀਰਾਂ ਕੀ ਲਾਇਆ ਘਰ ਵਾਈਫ ਕੀ ਵੀ ਘਰ ਛੋੜਿਆ ਮੁਹੰਮਦ ਜ਼ਿਆਨ ਕੀ ਵੀ ਘਰ ਛੋੜਿਆ ਫਿਰ ਕੈਮਿਸ ਪਰ ਗਿਆ ਉੱਥੋਂ ਕਹਿੰਦੀ ਆ ਆਪਣੇ ਵਾਸਤੇ ਫਾਇਦਾ ਪਹੁੰਚਿਆ ਡਾਕਟਰ ਲਿਖੀ ਤਾਂ ਦਿੱਤੀਆਂ ਸਰ ਮੈਡੀਸਨ ਐਂਟੀਬਾਇਓਟਿਕਸ ਉਹ ਚੁੱਕੀਆਂ ਅਤੇ ਆਈ ਗਿਆ ਸੀ ਜੇ ਪਾ ਕੇ ਠੀਕ ਪਰ ਤਰਾਏ ਦਿਹਾੜੇ ਹੋਈ ਗਏ ਅੰਦਰ ਬੈਠੇ ਹਾਂ ਪਾਗਲ ਹੋ ਗਿਆ ਸਰ ਅਤੇ ਮੁੜਿਆ ਵੀ ਫੋਨ ਕੀਤਾ ਸੀ ਭਾਈ ਜਾਣਾ ਸਾਂ ਘਬਰਾਈ ਗਏ ਹਾਂ ਤੁਸੀਂ ਆਏ ਨੋ ਸਿਰਫ 5 ਮਿੰਟ ਵਾਸਤੇ ਅੱਛੋ ਗੱਪ ਛੱਪ ਲਾਉਣੇ ਆ ਤਾਂ ਜੁਲੇ ਹਾਂ 5 ਮਿੰਟ ਇਹਨਾਂ ਨਾਲ ਗੱਪ ਛੱਪ ਲਾਉਣੇ ਆ ਫਿਰ ਘਰ ਜੁਲੇ ਹਾਂ ਦਵਾਈ ਦਾਰੂ ਕਰਨੇ ਆ ਅਤੇ ਅੱਜ ਨੇ ਵੀਡੀਓ ਇੱਥੇ ਖਤਮ ਕਰਨੇ ਆ ਤੁਸੀਂ ਮਿਲ ਸਕਦਾ ਕਿਸੇ ਹੋਰ ਵੀਡੀਓ 'ਚ ਅਗਲੇ ਵਲੋਗ 'ਚ ਇਤਨੀ ਦੇਰ ਦਾ ਆਪਣਾ ਵੀ ਖਿਆਲ ਰੱਖੇ ਮਾੜੇ ਵਾਸਤੇ ਵੀ ਦੁਆ ਕਰੀ ਜੁੜੇ ਅੱਲਾ ਹਾਫਿਜ਼।